ਬਟਾਲਾ ਦੇ ਪਿੰਡ ਗੁੱਜਰਪੁਰਾ ਵਿਖੇ ਪਿਓ ਪੁੱਤ ਨੇ ਸ਼ੱਕੀ ਹਾਲਾਤਾਂ ਵਿੱਚ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਤਰਲੋਕ ਸਿੰਘ ਅਤੇ ਉਸਦੇ ਬੇਟੇ ਅਮਨਦੀਪ ਸਿੰਘ ਵਜੋਂ ਹੋਈ ਹੈ। ਇਸ ਸੰਬੰਧੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਤਰਲੋਕ ਸਿੰਘ ਦਾ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ, ਜਿਸ ਕਰਕੇ ਤਰਲੋਕ ਸਿੰਘ ਅਤੇ ਉਸਦਾ ਬੇਟਾ ਅਮਨਦੀਪ ਕਾਫੀ ਪਰੇਸ਼ਾਨ ਸਨ ਅਤੇ ਇਸ ਪਰੇਸ਼ਾਨੀ ਦੇ ਚੱਲਦਿਆਂ ਦੋਵਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਮੈਂ ਪ੍ਰੀਤਮ ਸਿੰਘ, ਸਰਪੰਚ ਪਿੰਡ ਗੁੱਜਰਪੁਰਾ। ਮੇਰੇ ਪਿੰਡ ਦੇ ਵਿੱਚ ਤਰਲੋਕ ਸਿੰਘ, ਸਨ ਆਫ ਅਮਰ ਸਿੰਘ ਅਮਰਨਾਥ ਅਤੇ ਅਮਨਦੀਪ ਸਿੰਘ, ਸਨ ਆਫ ਤਰਲੋਕ ਸਿੰਘ, ਜੋ ਕਿ ਮੈਨੂੰ ਇਤਲਾਹ ਮਿਲਣ 'ਤੇ ਪਤਾ ਲੱਗਿਆ ਵੀ ਉਹਨਾਂ ਨੇ ਘਰ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਖਾ ਕੇ ਅਤੇ ਆਪਣੀ ਆਤਮ ਹੱਤਿਆ ਕਰ ਲਈ ਹੈ। ਅਤੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ, ਪਿੱਛੇ ਆਏ ਹਾਂ, ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਆ, ਅਤੇ ਘਰ ਦੀ ਆਰਥਿਕ ਤੰਗੀ ਕਰਕੇ ਹੀ ਉਹਨਾਂ ਨੇ ਜੋੜਾ ਵੀ ਕੁਛ ਆਤਮ ਹੱਤਿਆ ਕੀਤੀ। ਜੋ ਵੀ ਕੁਛ, ਕਿਸੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਉੱਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਸਾਨੂੰ ਥਾਣੇ ਇਨਫੋਰਮੇਸ਼ਨ ਮਿਲੀ ਵੀ ਸਿਵਲ ਹਸਪਤਾਲ ਬਟਾਲੇ ਦੇ ਵਿੱਚ ਆਪਣਾ ਤਰਲੋਕ ਸਿੰਘ, ਸਨ ਆਫ ਅਮਰਨਾਥ ਅਤੇ ਉਹਨਾਂ ਦਾ ਬੇਟਾ ਅਮਨਦੀਪ ਸਿੰਘ, ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਅਤੇ ਆਪਣੀ ਆਤਮ ਹੱਤਿਆ ਕਰ ਲਈ ਹੈ। ਅਤੇ ਜਿਨ੍ਹਾਂ ਦੇ ਘਰਵਾਲੀ ਦੇ ਬਿਆਨ 'ਤੇ 174 CRPC ਦੀ ਕਾਰਵਾਈ ਕੀਤੀ ਗਈ ਹੈ। ਉਹਨੇ ਦੱਸਿਆ ਵੀ ਮੇਰੇ ਘਰ ਇਹਨਾਂ ਨੇ ਪਿਓ ਪੁੱਤਾਂ 'ਚ ਕੋਈ ਆਰਥਿਕ ਪਰੇਸ਼ਾਨੀ ਸੀ, ਜਿਹਦੇ ਕਰਕੇ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਜਿਹਦੇ ਕਰਕੇ ਇਹਨਾਂ ਦੀ ਦੋਵਾਂ ਦੀ ਮੌਤ ਹੋ ਗਈ ਹੈ। ਅਤੇ ਅੱਜ ਇਹਨਾਂ ਦਾ ਬਟਾਲਾ ਸਿਵਲ ਹਸਪਤਾਲ 'ਚ ਦੋਵਾਂ ਦਾ ਪੋਸਟਮਾਰਟਮ ਕਰਕੇ ਅਤੇ ਉਹ ਲਾਸਟ ਜਿਹੜੀ ਆ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ।